ਕੈਪਟਨ ਸਾਹਿਬ ਦਾ ਵੀ ਮੇਰੀ ਦੋਸਤੀ ਹੈ, ਉਹਨਾਂ ਦਾ ਇੱਕ ਪਟਿਆਲਾ ਟੈਕ ਮਾਰੂਗਾ। ਲੋਕ ਸਭਾ ਚੋਣਾਂ ਦੇ ਪ੍ਰਚਾਰ ਦਾ ਅੱਜ ਆਖਰੀ ਦਿਨ ਹੈ ਅਤੇ ਹਰ ਲੀਡਰ ਵੋਟਾਂ ਲੈਣ ਲਈ ਲੋਕਾਂ ਨੂੰ ਵੱਡੇ ਵੱਡੇ ਲਾਰੇ ਲਾ ਰਹੇ ਹਨ। ਸਨੀ ਦਿਓਲ ਦੇ ਹੱਕ ਵਿੱਚ ਚੋਣ ਪ੍ਰਚਾਰ ਕਰ ਰਹੇ ਧਰਮਿੰਦਰ ਨੇ ਕਿਹਾ ਕਿ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਬਹਿ ਕੇ ਨਾਲ ਪਟਿਆਲਾ ਪੈਗ ਲਾਉਂਦੇ ਹੋਏ ਲੋਕਾਂ ਦੇ ਕੰਮ ਕਰਵਾਉਣਗੇ। ਧਰਮਿੰਦਰ ਨੇ ਕਿਹਾ ਕਿ ਲੋਕਾਂ ਦੇ ਕੰਮ ਕਰਵਾਉਣ ਲਈ ਜੇ ਉਹਨਾਂ ਨੂੰ ਮੋਦੀ ਤੱਕ ਜਾਂ ਸੈਂਟਰ ਸਰਕਾਰ ਤੱਕ ਜਾਣਾ ਪਿਆ ਤਾਂ ਉਹ ਉੱਥੇ ਤਾਂ ਜਾਣਗੇ ਹੀ, ਪਰ ਜੇਕਰ ਉਹਨਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੱਕ ਕੰਮ ਪਿਆ ਤਾਂ ਉਹ ਕੈਪਟਨ ਨਾਲ ਬਹਿ ਕੇ ਪਟਿਆਲਾ ਪੈਗ ਲਾਉਂਦੇ ਹੋਏ ਲੋਕਾਂ ਦੇ ਕੰਮ ਕਰਵਾਉਣਗੇ, ਕਿਉਂਕਿ ਕੈਪਟਨ ਉਹਨਾਂ ਦੇ ਚੰਗੇ ਦੋਸਤ ਹਨ। ਚਲ ਬੜੇ ਹੈ ਤੋ ਪਹੁੰਚੇਂਗੇ ਵੀ, ਪਹੁੰਚ ਕਰ ਸਜਾਏਂਗੇ ਮੰਜ਼ਿਲ ਕੁਛ ਇਸ ਤਰ੍ਹਾਂ ਕਿ ਚਲਤੇ ਹੋਏ ਰੁਕ ਜਾਏ, ਦੇਖੇ ਕਿਆ ਉੱਥੇ ਵਾਹ ਔਰ ਗੂੰਜ ਵਾਹਵਾ ਦੀ, ਫਿਰ ਗੂੰਜ ਉੱਠੇ ਜਹਾਂ ਵਾਹ ਕਹਾਂ ਕਿ ਤੁਸੀਂ ਆਪਣੇ ਵੀਰ ਨੂੰ ਆਪਣੇ ਭਰਾ ਸਨੀ ਦਿਓਲ ਨੂੰ ਜਿਤਾਂਗੇ ਜਿਤਾਂਗੇ ਕੈਪਟਨ ਸਾਹਿਬ ਦਾ ਵੀ ਮੇਰੀ ਦੋਸਤੀ ਹੈ, ਉਹਨਾਂ ਦਾ ਇੱਕ ਪਟਿਆਲਾ ਪੈਗ ਮਾਰੂਗਾ। ਧਰਮਿੰਦਰ ਦਾ ਇਹ ਬਿਆਨ ਇੱਕ ਪਾਸੇ ਨਸ਼ਿਆਂ ਨੂੰ ਉਤਸ਼ਾਹਿਤ ਕਰਨ ਵਾਲਾ ਹੈ ਕਿ ਇੱਕ ਪਾਸੇ ਪੰਜਾਬ ਨਸ਼ਿਆਂ ਵਿੱਚ ਗਰਕ ਰਿਹਾ ਹੈ ਤੇ ਧਰਮਿੰਦਰ ਪੈਗ ਲਾਉਂਦੇ ਹੋਏ ਲੋਕਾਂ ਦੇ ਕੰਮ ਕਰਵਾਉਣਗੇ। ਦੂਜੇ ਪਾਸੇ ਕੈਪਟਨ ਤੇ ਧਰਮਿੰਦਰ ਦੀ ਦੋਸਤੀ ਇਹ ਵੀ ਦੱਸਦੀ ਹੈ ਕਿ ਇਹ ਵੋਟਾਂ ਇੱਕ ਦੂਜੇ ਨੂੰ ਤਾਹਨੇ ਮਹੀਨੇ ਸਿਰਫ ਲੋਕਾਂ ਨੂੰ ਬੇਵਕੂਫ ਬਣਾਉਣ ਲਈ ਹਨ।